सारिआं नूं प्यार भरी सति श्री अकाल जी। मनरासद व्लॉग में तुहाडा स्वागत है। आई होप तुसी सारे ठीक ठाक होंगे, वधिया होंगे जी। लो जी, दिन हो गया वीरवार दा, सवेर दा टाइम है 8 बजे दा। ते आपां कुछ रसोई दे काम काज काम तो बाद इधर किते सीगे कपड़े प्रेस करन। उधर वॉशिंग मशीन चल रही है, तो वॉशिंग मशीन च कपड़े धोण वास्ते पाए हुए है जी। ਤੇ ਲੋਬੀ ਦੇ ਗੇਟ ਦੇ ਜਿਹੜੇ ਪਰਦੇ ਸੀਗੇ ਲਾਤੇ ਆ ਸਾਰੇ, ਇਹ ਧੋਣ ਵਾਸਤੇ ਪਾਏ ਆ ਜੀ। ਕੁਛ ਸਫਾਈਆਂ ਹੋ ਗਈਆਂ ਤੇ ਕੁਛ ਅਜੇ ਰਹਿ ਰਹੀਆਂ ਜੀ। ਦੇਖਦੇ ਆ ਅੱਜ ਕੁਛ ਕਰਾਂਗੇ। ਬਾਕੀ ਤੁਸੀਂ ਬਣੇ ਰਹੋ ਵਲੌਗ ਦੇ ਵਿੱਚ, ਪੂਰਾ ਵਲੌਗ ਜ਼ਰੂਰ ਦੇਖਿਓ ਜੀ। ਦੇਖਣ ਤੋਂ ਬਾਅਦ ਕਮੈਂਟ ਕਰਕੇ ਦੱਸਿਓ ਜੀ ਕਿਹੋ ਜਿਹਾ ਲੱਗਿਆ ਵਲੌਗ ਤੁਹਾਨੂੰ ਜੀ। ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਆ, ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ। ਤੁਹਾਡੇ ਸਭ ਦੀ ਸਪੋਰਟ ਦੀ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ। ਅਤੇ ਜੋ ਆਪਾਂ ਨੂੰ ਸਪੋਰਟ ਦੇ ਰਹੇ ਆ ਉਹਨਾਂ ਦਾ ਵੀ ਆਪਾਂ ਕਰਾਂਗੇ ਧੰਨਵਾਦ ਜੀ। ਬਣੇ ਰਹੋ ਵਲੌਗ ਦੇ ਵਿੱਚ, ਅੱਜ ਦੇ ਵਲੌਗ ਦੇ ਵਿੱਚ ਹੀ ਤੁਹਾਡਾ ਸਭ ਦਾ ਧੰਨਵਾਦ ਕਰਾਂਗੇ ਜੀ। ਸਭ ਦੇ ਨਾਮ ਲਵਾਂਗੇ ਜਿਨ੍ਹਾਂ ਨੇ ਆਪਾਂ ਨੂੰ ਬਹੁਤ ਹੀ ਸਪੋਰਟ ਦਿੱਤੀ ਹੈ ਅਤੇ ਦੇ ਰਹੇ ਆ ਅਤੇ ਅੱਗੇ ਵੀ ਦੇਣਗੇ ਜੀ। ਅਤੇ ਠੀਕ ਹੈ ਜੀ, ਹੁਣ ਆਪਾਂ ਸਭ ਤੋਂ ਪਹਿਲਾਂ ਬਣਾਉਂਦੇ ਹਾਂ ਦੂਜੀ ਵਾਰ ਦੀ ਚਾਹ, ਕਿ ਤੁਸੀਂ ਵੀ ਦੂਜੀ ਵਾਰ ਦੀ ਚਾਹ ਪੀਂਦੇ ਹੋ ਜੀ। ਇੱਧਰ ਆਪਾਂ ਜਿਹੜੇ ਜਿਹੜੇ ਪੀਂਦੇ ਆ ਮੈਂਬਰ ਉਹਨਾਂ ਵਾਸਤੇ ਬਣਾਉਂਦੇ, ਸਾਰੇ ਤਾਂ ਨਹੀਂ ਪੀਂਦੇ ਗੇ। ਉਸ ਤੋਂ ਬਾਅਦ ਮੈਂ ਪਰਦੇ ਵਗੈਰਾ ਜਿਹੜੇ ਧੋ ਕੇ ਪਾਉਣੇ ਆ ਸੁੱਕਣੇ, ਪਾਣੀ ਗਰਮ ਕਰ ਲਿਆ ਹੈ ਕਿਉਂਕਿ ਹੁਣ ਮੌਸਮ ਜਿਹੜਾ ਆ ਬਦਲ ਗਿਆ ਆ। ਅਤੇ ਬਣੇ ਰਹਿਣਾ ਵਲੌਗ ਦੇ ਵਿੱਚ ਜੀ। ਇੱਧਰ ਰਾਜਵਿੰਦਰ ਲੱਗੇ ਹੋਏ ਆ ਰਸੋਈ ਵਾਲੇ ਪੱਖੇ ਦੀ ਸਫਾਈ ਕਰਨ ਵਾਸਤੇ। ਪੱਖਾ ਬਿਲਕੁਲ ਚਮਕਾ ਤਾ, ਕਿਉਂਕਿ ਰਸੋਈ ਦੇ ਵਿੱਚ ਇਹ ਹੁੰਦਾ ਨਾ ਵੀ ਮਿੱਟੀ ਵਗੈਰਾ ਜ਼ਿਆਦਾ ਆਉਂਦੀ ਹੈ, ਅਤੇ ਇਸ ਕਰਕੇ ਕਾਫੀ ਮਿੱਟੀ ਨਾਲ ਭਰ ਗਿਆ ਸੀ, ਵਿਚਾਰਾ ਕਾਲਾ ਹੋ ਗਿਆ ਸੀ ਬਿਲਕੁਲ। ਅੱਜ ਸਾਫ਼ ਕਰਕੇ ਬਿਲਕੁਲ ਚਮਕਾ ਤਾ। ਗਰਮੀ ਦੇ ਵਿੱਚ ਇਹ ਪੱਖਾ ਹੀ ਆ ਜਿਹੜਾ ਰੋਟੀਆਂ ਬਣਾਉਣ ਦੇ ਵਿੱਚ ਹੈਲਪ ਕਰਦਾ ਆ, ਕਿਉਂਕਿ ਗਰਮੀ ਬਹੁਤ ਜ਼ਿਆਦਾ ਹੁੰਦੀ ਆ ਰਸੋਈ ਦੇ ਵਿੱਚ, ਅਤੇ ਫਿਰ ਰੋਟੀ ਬਣਾਉਣੀ ਬਹੁਤ ਔਖੀ ਹੋ ਜਾਂਦੀ ਨੇ, ਸਾਰੇ ਕੰਮ ਕਾਜ ਕਰਨੇ ਬਹੁਤ ਔਖੇ ਹੋ ਜਾਂਦੇ ਆ। ਅਤੇ ਦੇਖੋ ਜੀ, ਵੇਲ ਹਰੀ ਹਰੀ ਕਿੰਨੀ ਸੋਹਣੀ ਲੱਗ ਰਹੀ ਹੈ, ਪਰ ਥੋੜ੍ਹੇ ਦਿਨਾਂ 'ਚ ਇਹ ਮੁਰਝਾ ਜਾਣੀ ਹੈ ਨਾ, ਕਿਉਂਕਿ ਪਤਝੜ ਦਾ ਮੌਸਮ ਆ ਗਿਆ ਜੀ। ਟਾਈਮ ਹੋ ਗਿਆ 12 ਵਜੇ ਦਾ, ਅਤੇ ਲੰਚ ਕਰਨ ਤੋਂ ਬਾਅਦ ਮੈਂ ਥੋੜ੍ਹਾ ਟਾਈਮ ਕੀਤਾ ਸੀ ਰੈਸਟ, ਅਤੇ ਹੁਣ ਮੈਂ ਸੋਚਿਆ ਪਹਿਲਾਂ ਕਿ ਪਰਦੇ ਵਗੈਰਾ ਲਾ ਦਾ ਕਿਉਂਕਿ ਸੁੱਕ ਗਏ ਆ, ਪਰ ਹੁਣ ਸਭ ਰੈਸਟ ਕਰ ਰਹੇ ਆ, ਕੋਈ ਲਵਾਉਣ ਵਾਲਾ ਹੈ ਨਹੀਂ, ਕਿਉਂਕਿ ਪਰਦੇ ਕਾਫੀ ਉੱਚੇ ਆ ਨਾ, ਲੋਬੀ ਦੇ ਵਿੱਚ ਲਾਉਣੇ ਮੇਰੇ ਤੋਂ ਤਾਂ ਲੱਗਣੇ ਨਹੀਂਗੇ। ਅਤੇ ਇਸ ਕਰਕੇ ਮੈਂ ਕਿਹਾ ਚਲੋ ਅੱਜ ਨਹੀਂ ਲੱਗ ਸਕਦੇ ਗੇ, ਕਿਉਂਕਿ ਉਸ ਤੋਂ ਬਾਅਦ ਮੇਰਾ ਨਹੀਂ ਟਾਈਮ ਲੱਗਣਾ। ਫਿਰ ਮੈਂ ਸੋਚਿਆ ਚਲੋ ਮੈਂ ਬਾਲਾਂ 'ਚ ਲਾ ਲੈਂਦੀ ਹਾਂ ਮਹਿੰਦੀ, ਕਿਉਂਕਿ ਕੱਲ੍ਹ ਨੂੰ ਜਾਣਾ ਕਿਸੇ ਪ੍ਰੋਗਰਾਮ 'ਤੇ, ਅਤੇ ਬਾਲਾਂ 'ਚ ਮਹਿੰਦੀ ਲਾ ਕੇ ਉਸ ਤੋਂ ਬਾਅਦ ਵੀ 1-2 ਘੰਟੇ ਸੁੱਕਣ ਨੂੰ ਲੱਗੂਗੀ, ਅਤੇ ਉਸ ਤੋਂ ਬਾਅਦ ਮੈਂ ਦੇਖਦੀ ਹਾਂ ਵੀ ਕੀ ਕੰਮ ਕਾਜ ਕਰਨੇ ਆ ਮਹਿੰਦੀ ਲਾਉਣ ਤੋਂ ਬਾਅਦ। ਕੋਈ ਨਾ ਕੋਈ ਸਫਾਈ ਵਾਲਾ ਕੰਮ ਲੱਭ ਲੈਂਦੇ, ਕਿਉਂਕਿ ਸਫਾਈ ਹਜੇ ਬਹੁਤ ਪਈ ਆ, ਅਤੇ ਦੇਖਦੇ ਹਾਂ ਜਾਂ ਵਾਸ਼ਰੂਮ ਦੀ ਸਫਾਈ ਕਰਦੀ ਹਾਂ, ਪਹਿਲਾਂ ਲਾਉਂਦੀ ਹਾਂ ਬਾਲਾਂ 'ਚ ਮਹਿੰਦੀ। ਵਾਲਾਂ ਵਿੱਚ ਮਹਿੰਦੀ ਲਾਉਣ ਤੋਂ ਬਾਅਦ ਆਪਾਂ ਆ ਗਏ ਸੀ ਵਾਸ਼ਰੂਮ ਦੀ ਸਫਾਈ ਕਰਨ ਵਾਸਤੇ। ਸਭ ਤੋਂ ਪਹਿਲਾਂ ਆਪਾਂ ਵਾਸ਼ਿੰਗ ਮਸ਼ੀਨ ਕਰ ਲਈ ਸਾਈਡ 'ਤੇ, ਤਾਂ ਕਿ ਟਾਈਲਾਂ ਵਗੈਰਾ ਜਿਹੜੀਆਂ ਚੰਗੀ ਤਰ੍ਹਾਂ ਸਾਫ਼ ਹੋ ਜਾਣ। ਅਤੇ ਲਓ ਜੀ, ਹੁਣ ਆਪਾਂ ਕਰਦੇ ਹਾਂ ਕਮੈਂਟਸ ਦਾ ਰਿਪਲਾਈ, ਤੁਹਾਨੂੰ ਜ਼ਿਆਦਾ ਵੇਟ ਨਹੀਂ ਕਰਨੀ ਪਊਗੀ। ਸਭ ਤੋਂ ਪਹਿਲਾਂ ਜੀ ਸੁਖਬਾਜ ਸਿੰਘ ਆਈਡੀ ਤੋਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਵਾਸਤੇ। ਅਤੇ ਪਲੀਜ਼ ਆਪਣੇ ਵਲੌਗ ਜ਼ਰੂਰ ਦੇਖਿਆ ਕਰੋ, ਚੈਨਲ ਨੂੰ ਸਪੋਰਟ ਕਰਿਆ ਕਰੋ ਜੀ। ਕੋਰ ਕਮਲ ਜੀ ਤਿੰਸ਼ਾ ਆਈਡੀ ਤੋਂ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਵਾਸਤੇ। ਅਤੇ ਪਲੀਜ਼ ਆਪਣੇ ਆਉਣ ਵਾਲੇ ਹਰ ਵਲੌਗ ਨੂੰ ਸਪੋਰਟ ਕਰਿਓ ਜੀ। ਪਾਲ ਸ਼ੋਰਟ ਆਈਡੀ ਤੋਂ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਜੀ, ਥੈਂਕ ਯੂ ਜੀ ਚੈਨਲ ਨੂੰ ਸਬਸਕ੍ਰਾਈਬ ਕੀਤਾ, ਪਿਆਰੇ ਪਿਆਰੇ ਕਮੈਂਟਸ ਕੀਤੇ ਜੀ। ਸ਼ੁਭਮਾਨ ਆਈਡੀ ਤੋਂ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਜੀ, ਤੁਸੀਂ ਬਹੁਤ ਸੋਹਣੇ ਕਮੈਂਟ ਕਰਦੇ ਹੋ, ਅਤੇ ਆਸ਼ਾ ਕਰਦੀ ਹਾਂ ਤੁਸੀਂ ਆਪਣੇ ਹਰ ਵਲੌਗ ਨੂੰ ਪਿਆਰ ਦਿਓਗੇ ਜੀ। ਦੀਪ ਅੰਮੂ ਵਲੌਗਸ ਆਈਡੀ ਤੋਂ, ਦੀਦੀ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਜੀ, ਬਹੁਤ ਵਧੀਆ ਲੱਗਦਾ ਜੋ ਤੁਸੀਂ ਆਪਦਾ ਕੀਮਤੀ ਟਾਈਮ ਕੱਢ ਕੇ ਆਪਣੇ ਵਲੌਗਸ 'ਚ ਆਉਂਦੇ ਆ, ਕਮੈਂਟ ਕਰਦੇ ਆ, ਬਹੁਤ ਬਹੁਤ ਥੈਂਕ ਯੂ ਜੀ। ਹਰਮਨ ਫਰੀ ਫਾਇਰ ਆਈਡੀ ਤੋਂ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਜੀ, ਜੋ ਤੁਸੀਂ ਆਪਾਂ ਨੂੰ ਸਪੋਰਟ ਕਰ ਰਹੇ ਹੋ, ਪਿਆਰੇ ਪਿਆਰੇ ਕਮੈਂਟਸ ਕਰ ਰਹੇ ਹੋ ਜੀ। ਅਤੇ ਆਸ਼ਾ ਕਰਦੀ ਹਾਂ ਤੁਸੀਂ ਹਰ ਆਉਣ ਵਾਲੇ ਵਲੌਗ ਦੇ ਵਿੱਚ ਇੱਦਾਂ ਹੀ ਕਮੈਂਟ ਕਰੋਗੇ ਜੀ। ਪ੍ਰਭਜੀਤ ਸਿੰਘ ਆਈਡੀ ਤੋਂ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਜੀ, ਵਾਹਿਗੁਰੂ ਤੁਹਾਨੂੰ ਵੀ ਚੜ੍ਹਦੀ ਕਲਾ ਵਿੱਚ ਰੱਖੇ ਜੀ, ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਜੀ। ਅਮਰਜੀਤ ਸਿੰਘ ਆਈਡੀ ਤੋਂ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਜੀ, ਅਤੇ ਆਸ਼ਾ ਕਰਦੀ ਹਾਂ ਤੁਸੀਂ ਆਪਣੇ ਸਾਰੇ ਵਲੌਗ ਨੂੰ ਸਪੋਰਟ ਕਰੋਗੇ ਚੈਨਲ ਨੂੰ ਸਬਸਕ੍ਰਾਈਬ ਕਰਨ ਵਾਸਤੇ, ਥੈਂਕ ਯੂ ਤੁਹਾਡਾ। ਰਮਨਦੀਪ ਚਹਿਲ ਆਈਡੀ ਤੋਂ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਜੀ, ਬਹੁਤ ਵਧੀਆ ਲੱਗਿਆ, ਤੁਸੀਂ ਬਹੁਤ ਸੋਹਣੇ ਕਮੈਂਟ ਕਰਦੇ ਹੋ, ਅਤੇ ਹਮੇਸ਼ਾ ਤੁਸੀਂ ਆਪਣੇ ਵਲੌਗ ਨੂੰ ਸਪੋਰਟ ਕਰਨਾ ਜੀ, ਤਾਂ ਕਿ ਆਪਣਾ ਚੈਨਲ ਗਰੋ ਹੋ ਸਕੇ। ਸੁਨੀਤਾ ਸਿੰਘਾਲ ਆਈਡੀ ਤੋਂ, ਹਾਂਜੀ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਜੀ ਦੀਦੀ, ਬਹੁਤ ਵਧੀਆ ਲੱਗਦਾ ਜਦੋਂ ਤੁਸੀਂ ਇੱਕ ਸਿੰਪਲ ਜਿਹਾ ਸੋਬਰ ਜਿਹਾ ਕਮੈਂਟ ਕਰਦੇ ਹੋ, ਬਹੁਤ ਵਧੀਆ ਲੱਗਦਾ ਜੀ। ਅਤੇ ਇੱਦਾਂ ਹੀ ਆਪਣੇ ਵਲੌਗ 'ਚ ਬਣੇ ਰਹੋ ਜੀ, ਵਲੌਗ ਨੂੰ ਪਿਆਰ ਕਰਿਓ, ਚੈਨਲ ਨੂੰ ਸਪੋਰਟ ਕਰਿਓ ਜੀ।
गुरु पवन ब्लॉग्स आईडी तो ਤੁਹਾਡਾ ਵੀ ਦੀਦੀ ਬਹੁਤ ਬਹੁਤ ਥੈਂਕ ਯੂ ਜੀ ਤੇ ਤੁਹਾਡਾ ਬਹੁਤ ਵਧੀਆ ਲੱਗਦਾ ਹੈ ਜੀ ਤੁਹਾਡੇ ਵਲੌਗਸ ਵੀ ਬਹੁਤ ਵਧੀਆ ਹੁੰਦੇ ਆ ਤੇ ਤੁਸੀਂ ਵੀ ਪਲੀਜ਼ ਆਪਾਂ ਨੂੰ ਸਪੋਰਟ ਕਰਦੇ ਰਹੋ ਆਪਣੇ ਵੱਲੋਂ ਤੁਹਾਨੂੰ ਸਭ ਨੂੰ ਬਹੁਤ ਜ਼ਿਆਦਾ ਸਪੋਰਟ ਹੈ ਜੀ ਨਕਸ਼ਦੀਪ ਕੌਰ ਆਈਡੀ ਦੀਦੀ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਜੀ ਦੇਖੋ ਤੁਸੀਂ ਵੀ ਆਪਦਾ ਕੀਮਤੀ ਟਾਈਮ ਕਰਦੇ ਹੋ ਤੁਸੀਂ ਵੀ ਨਾਲੇ ਬੱਚੇ ਸੰਭਾਲਦੇ ਹੋ ਨਾਲੇ ਆਪਦੇ ਵਲੌਗਸ ਪਾਉਂਦੇ ਹੋ ਨਾਲੇ ਆਪਾਂ ਨੂੰ ਸਪੋਰਟ ਕਰਦੇ ਹੋ ਕਮੈਂਟ ਕਰਦੇ ਹੋ ਬਹੁਤ ਬਹੁਤ ਥੈਂਕ ਯੂ ਜੀ ਬਹੁਤ ਵਧੀਆ ਲੱਗਦਾ ਹੈ ਜੀ ਨੈਕਸਟ ਹੈਗਾ ਜੀ ਸੋਨਾਲੀ ਜਵੈਲਰ ਆਫੀਸ਼ੀਅਲ ਆਈਡੀ ਤੋਂ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਜੀ ਬਹੁਤ ਵਧੀਆ ਲੱਗਿਆ ਜੋ ਤੁਸੀਂ ਇੱਕ ਪਿਆਰਾ ਜਿਹਾ ਕਮੈਂਟ ਕੀਤਾ ਅਤੇ ਪਲੀਜ਼ ਸਾਰੇ ਵਲੌਗ ਜ਼ਰੂਰ ਦੇਖਿਆ ਕਰੋ ਪਿਆਰੇ ਪਿਆਰੇ ਕਮੈਂਟ ਕਰਿਆ ਕਰੋ ਸਪੋਰਟ ਕਰਿਆ ਕਰੋ ਜੀ ਤੁਹਾਡੇ ਸਭ ਦੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਆਪਾਂ ਨੂੰ ਰੌਣਕ ਪੰਜਾਬ ਆਈਡੀ ਤੋਂ ਤੁਹਾਡਾ ਵੀ ਬਹੁਤ ਬਹੁਤ ਰੌਣਕ ਪੰਜਾਬ ਦੀ ਆਈਡੀ ਤੋਂ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਜੀ ਵਧੀਆ ਲੱਗਿਆ ਜੀ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਿਆ ਅਤੇ ਪਲੀਜ਼ ਸਪੋਰਟ ਕਰਿਆ ਕਰੋ ਜੀ ਨੈਕਸਟ ਹੈਗਾ ਜੀ ਸ਼ੁਭਦੀਪ ਸਿੰਘ ਥੈਂਕ ਯੂ ਤੁਹਾਡਾ ਜੀ ਇਹ ਹੈ ਮੇਰੇ ਸਟੂਡੈਂਟ ਇਹ ਵੀ ਆਪਾਂ ਨੂੰ ਫੁੱਲ ਸਪੋਰਟ ਕਰਦੇ ਇਹ ਵੇਟ ਕਰ ਰਹੇ ਆ ਵੀ ਕਦੋਂ ਮੈਡਮ ਦਾ ਚੈਨਲ ਮੋਨੋਟਾਈਜ਼ ਹੋ ਜਾਵੇ ਅਤੇ ਕਦੋਂ ਅਸੀਂ ਪਾਰਟੀ ਲਈਏ ਜੀ ਅਤੇ ਠੀਕ ਹੈ ਜੀ ਵਧੀਆ ਇੱਦਾਂ ਹੀ ਸਪੋਰਟ ਕਰਦੇ ਰਹੋ ਸਾਰੇ ਰਾਜਵੰਤ ਕੌਰ ਆਈਡੀ ਤੋਂ ਦੀਦੀ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਜੋ ਤੁਸੀਂ ਆਪਦਾ ਕੀਮਤੀ ਟਾਈਮ ਕੱਢ ਕੇ ਆਪਣੇ ਵਲੌਗਸ ਨੂੰ ਪਿਆਰ ਦਿੰਦੇ ਹੋ ਕਮੈਂਟਸ ਕਰਦੇ ਹੋ ਗੁਰੂ ਫਤਿਹਵੀਰ ਆਈਡੀ ਤੋਂ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਜੀ ਬੱਚਿਆਂ ਨੂੰ ਸੰਭਾਲਦੇ ਹੋਏ ਆਪਦੇ ਵਲੌਗਸ ਪਾਉਂਦੇ ਹੋਏ ਤੁਸੀਂ ਵੀ ਆਪਣੇ ਚੈਨਲ 'ਤੇ ਆਉਂਦੇ ਹਾਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਮਾਈ ਹੋਬੀ ਆਈਡੀ ਤੋਂ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਜੀ ਇਹ ਵੀ ਮੇਰੇ ਸਟੂਡੈਂਟ ਹੈ ਜੀ ਇਹ ਆਪਾਂ ਨੂੰ ਫੁੱਲ ਸਪੋਰਟ ਕਰਦੇ ਆ ਇਹ ਵੀ ਵੇਟ ਕਰ ਰਹੇ ਆ ਵੀ ਕਦੋਂ ਮੈਡਮ ਦਾ ਚੈਨਲ ਮੋਨੋਟਾਈਜ਼ ਹੋ ਜਾਵੇ ਅਤੇ ਇਸ ਕਰਕੇ ਆਪਾਂ ਰਿਕੁਐਸਟ ਕਰਦੇ ਹਾਂ ਵੀ ਤੁਸੀਂ ਫੁੱਲ ਸਪੋਰਟ ਕਰੋ ਸਾਰੇ ਜੀ ਰਮੇਸ਼ ਵਰਮਾ ਆਈਡੀ ਤੋਂ ਬਹੁਤ ਸੋਹਣੇ ਕਮੈਂਟ ਕੀਤੇ ਜੀ ਵਾਹਿਗੁਰੂ ਤੁਹਾਨੂੰ ਵੀ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਜੀ ਬਹੁਤ ਵਧੀਆ ਲੱਗਿਆ ਜੋ ਤੁਸੀਂ ਇੰਨਾ ਪਿਆਰਾ ਜਿਹਾ ਕਮੈਂਟ ਕੀਤਾ ਜੀ ਅਤੇ ਆਸ਼ਾ ਕਰਦੀ ਹਾਂ ਤੁਸੀਂ ਆਪਣੇ ਹਰ ਵਲੌਗ ਨੂੰ ਹੀ ਪਿਆਰ ਕਰੋਗੇ ਅਤੇ ਕਮੈਂਟਸ ਕਰੋਗੇ ਜੱਗੀ ਸਿੰਘ ਆਈਡੀ ਤੋਂ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਜੀ ਤੁਸੀਂ ਬਹੁਤ ਸੋਹਣੇ ਕਮੈਂਟ ਕਰਦੇ ਹੋ ਹਰ ਵਲੌਗ ਦੇ ਵਿੱਚ ਕਮੈਂਟ ਕਰਦੇ ਹੋ ਬਹੁਤ ਵਧੀਆ ਲੱਗਦਾ ਹੈ ਜੀ ਬਸ ਇੱਦਾਂ ਹੀ ਆਪਦੀ ਸਪੋਰਟ ਬਣਾਈ ਰੱਖਿਓ ਜੀ ਆਪਣੇ ਨਾਲ ਮਿਸਟਰ ਵਾਸਿਮ ਜੀ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਜੀ ਜੋ ਆਪਣੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕੀਤਾ ਕਮੈਂਟਸ ਕਰਦੇ ਹੋ ਆਪਦਾ ਕੀਮਤੀ ਟਾਈਮ ਕੱਢ ਕੇ ਤੁਸੀਂ ਆਪਣੇ ਚੈਨਲ 'ਤੇ ਆਉਂਦੇ ਹੋ ਸਪੋਰਟ ਕਰਦੇ ਹੋ ਬਹੁਤ ਵਧੀਆ ਲੱਗਦਾ ਜੀ ਜਸਵਿੰਦਰ ਆਈਡੀ ਤੋਂ ਤੁਹਾਡਾ ਵੀ ਦੀਦੀ ਬਹੁਤ ਬਹੁਤ ਥੈਂਕ ਯੂ ਜੋ ਤੁਸੀਂ ਬਹੁਤ ਸੋਹਣੇ ਕਮੈਂਟ ਕਰਦੇ ਹੋ ਅਤੇ ਵਾਹਿਗੁਰੂ ਤੁਹਾਨੂੰ ਵੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਨੂਰਮਾਨ ਵਲੌਗਸ ਆਈਡੀ ਤੋਂ ਬਹੁਤ ਵਧੀਆ ਲੱਗਦਾ ਜੀ ਤੁਸੀਂ ਵੀ ਦੇਖੋ ਵਲੌਗਿੰਗ ਕਰਦੇ ਹੋ ਫਿਰ ਵੀ ਆਪਦਾ ਟਾਈਮ ਕੱਢ ਕੇ ਆਪਣੇ ਚੈਨਲ 'ਤੇ ਆਉਂਦੇ ਹੋ ਸਪੋਰਟ ਕਰਦੇ ਹੋ ਪਿਆਰੇ ਜਿਹੇ ਕਮੈਂਟ ਕਰਦੇ ਹੋ ਤਾਂ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਦੇਣ ਜੀ ਰਾਹੁਲ ਆਈਡੀ ਤੋਂ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਜੀ ਅਤੇ ਵਾਹਿਗੁਰੂ ਤੁਹਾਨੂੰ ਵੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ ਤੁਸੀਂ ਤੰਦਰੁਸਤ ਰਹੋ ਅਤੇ ਆਪਾਂ ਨੂੰ ਐਂ ਹੀ ਸਪੋਰਟ ਕਰਦੇ ਰਹੋ ਜੀ ਨੂਰ ਫੈਮਿਲੀ ਵਲੌਗ ਆਈਡੀ ਤੋਂ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਜੀ ਜੋ ਤੁਸੀਂ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਅਤੇ ਆਪਣੇ ਵਲੌਗਸ ਨੂੰ ਪਿਆਰ ਦਿੰਦੇ ਹੋ ਅਤੇ ਆਸ਼ਾ ਕਰਦੀ ਹਾਂ ਵੀ ਤੁਸੀਂ ਆਉਣ ਵਾਲੇ ਹਰ ਵਲੌਗ ਨੂੰ ਪਿਆਰ ਦਿਓਗੇ ਜੀ ਅਤੇ ਸਭ ਦਾ ਬਹੁਤ ਬਹੁਤ ਥੈਂਕ ਯੂ ਜੀ ਬਸ ਤੁਹਾਡਾ ਇਹੀ ਰਿਕੁਐਸਟ ਹੈ ਵੀ ਤੁਸੀਂ ਆਪਣੇ ਵੋਸ ਟਾਈਮ ਕੰਪਲੀਟ ਕਰਾਉਣ ਦੇ ਵਿੱਚ ਹੈਲਪ ਕਰੋ ਜੀ ਅਤੇ ਲਓ ਜੀ ਆਪਾਂ ਹੁਣ ਇੱਥੇ ਟਾਈਲਾਂ ਵਗੈਰਾ 'ਤੇ ਸਫਾਈ ਕਰਤੀ ਆ ਵੈਸੇ ਤਾਂ ਆਪਾਂ ਆਰਪਿਕ ਯੂਜ਼ ਕਰਦੇ ਹਾਂ ਪਰ ਜਿੱਥੇ ਜ਼ਿਆਦਾ ਮੈਲਾ ਹੁੰਦਾ ਉੱਥੇ ਆਰਪਿਕ ਯੂਜ਼ ਕਰ ਲਈਦਾ ਅਤੇ ਬਾਕੀ ਆਪਾਂ ਟਾਈਲਾਂ ਵਿਮ ਸਾਬਣ ਨਾਲ ਸਾਫ਼ ਕਰ ਦਿੰਦੇ ਹਾਂ ਸਕ੍ਰੱਬ ਦੇ ਨਾਲ ਬਹੁਤ ਵਧੀਆ ਸਾਫ਼ ਹੋ ਜਾਂਦੀਆਂ ਆ ਅਤੇ ਆਹ ਜਿਹੜੇ ਹੁਣ ਰਹਿ ਗਏ ਸੀਗੇ ਵਾਸ਼ਿੰਗ ਮਸ਼ੀਨ ਟਾਈਲਾਂ ਆਪਾਂ ਸਾਫ਼ ਕਰ ਲਈਆਂ ਸੀਗੀਆਂ ਨੀਚੇ ਵਾਲੀ ਫਰਸ਼ ਵੀ ਚੰਗੀ ਤਰ੍ਹਾਂ ਸਾਫ਼ ਕਰ ਲਈ ਬਸ ਵਾਸ਼ਿੰਗ ਮਸ਼ੀਨ ਦੀ ਸਫਾਈ ਕਰਕੇ ਇਹਦਾ ਕਵਰ ਵੀ ਆਪਾਂ ਅੱਜ ਧੋ ਕੇ ਸੁੱਕਣਾ ਪਾਤਾ ਸੀਗਾ ਅਤੇ ਬਸ ਇਹ ਵੈਸੇ ਚਲੋ ਕਵਰ ਰੱਖੀ ਦੀ ਹੈ ਜ਼ਿਆਦਾ ਮੈਲੀ ਨਹੀਂ ਹੁੰਦੀ ਗੀ ਨਾ ਥੋੜ੍ਹੀ ਹੈ ਜ਼ਿਆਦਾ ਨਹੀਂ ਗਾ ਕਈ ਵਾਰੀ ਛਿੱਟੇ ਛੁੱਟੇ ਪੈ ਜਾਂਦੇ ਆ ਪਰ ਹੁਣ ਥੋੜ੍ਹੇ ਦਿਨਾਂ ਤੋਂ ਆਪਾਂ ਕਾਫ਼ੀ ਵੀ ਮੋਟੇ ਕੱਪੜੇ ਵੀ ਧੋਤੇ ਆ ਇਸ ਵਿੱਚ ਬੈੱਡ ਸ਼ੀਟ ਵਗੈਰਾ ਵੀ ਹੋਰ ਦਰੀਆਂ ਵਗੈਰਾ ਵੀ ਧੋਤੀਆਂ ਤਾਂ ਕਰਕੇ ਥੋੜ੍ਹੀ ਮੈਲੀ ਹੋ ਗਈ ਅਤੇ ਮੈਂ ਕਿਹਾ ਚਲੋ ਇਹਨੂੰ ਵੀ ਚੰਗੀ ਤਰ੍ਹਾਂ ਧੋ ਦਿੰਦੀ ਹਾਂ ਬਾਕੀ ਟੱਬ ਫੱਟੀਆਂ ਵਗੈਰਾ 'ਚ ਪਹਿਲਾਂ ਹੀ ਆਪਾਂ ਸਾਫ਼ ਕਰ ਲਈਆਂ ਅਤੇ ਬਹੁਤ ਵਧੀਆ ਚਲੋ ਕੁਛ ਕੰਮ ਤਾਂ ਨਿਬੜਿਆ ਹੀ ਇੱਕ ਤਰ੍ਹਾਂ ਲੱਗ ਰਿਹਾ ਸੀ ਅੱਜ ਥੋੜ੍ਹੀ ਥਕਾਵਟ ਹੋ ਰਹੀ ਸੀਗੀ ਵੀ ਕੋਈ ਵੀ ਸਫਾਈ ਨਹੀਂ ਹੋਣੀ ਗੀ ਅਤੇ ਰਹਿ ਜੂਗਾ ਆਪਣਾ ਕਿਚਨ ਸਟੋਰ ਅਤੇ ਗੈਰੇਜ ਰਹਿੰਦਾ ਹਜੇ ਛੱਤਾਂ ਵਗੈਰਾ ਚਲੋ ਆਪਾਂ ਪਹਿਲਾਂ ਸਾਫ਼ ਕਰ ਲਈਆਂ ਥੋੜ੍ਹੀਆਂ ਬਹੁਤੀਆਂ ਹੋਣਗੀਆਂ ਤਾਂ ਉਹ ਬਾਅਦ 'ਚ ਵੀ ਕਰ ਲਾਂਗੇ ਨਾ ਇੰਨਾ ਰੇਤਾ ਵਗੈਰਾ ਹੈ ਨਹੀਂ ਗਾ ਛੱਤਾਂ 'ਤੇ
तो मेन होंगे भी वॉशरूम तो या किचन तो इन्हों पर ज़्यादा टाइम लग जाता है ना। तो चलो भी ये साफ सफाई हो गई है सब दी, तुहाडे कमेंट्स से भी रिप्लाई हो गए आ। जे प्लीज़ कोई किसी का नाम रह गया हो सॉरी फील करते हैं, तुसी कमेंट कर दिओ, आपां नैक्सट व्लॉग दे विच ट्राई करांगे तुहाडे नाम लैण दी। ते प्लीज़ सपोर्ट आपदी बनाए रखो क्योंकि तुहाडी सब दी सपोर्ट बहुत वधिया लगती है, तुहाडे कमेंट्स बहुत ही वधिया लगते हैं जी। तो बस आपां हुण साफ करन तो बाद आपां सिर जिहड़ा बाल धो लैणे आ क्योंकि कलू आपां जाणा प्रोग्राम ते फिर उसकी भी तैयारी करनी आ। तो हुण तां बिल्कुल टाइम नहीं मिलना क्योंकि इस तों बाद आपां किचन दे भी कम काज करने आ, तो इस करके बाद ची करांगे। तो लो जी परदे वगैरह सारे सुक के इन्हां नूं मैं तह ला के रख दी। लो जी टाइम हो चलिया 4 बजे का, तो आप अज वाले व्लॉग का एंड कर रहे थे। तो उस तो पहला मैं तुहाडे नाल एक मैसेज जिहड़ा शेयर करना चाहुंदी सी भी तुसी सब पेरेंट्स इस मैसेज नूं चंगी तरह जरूर समझना जी। अपने नेड़े शहर हैगा जी पदमपुर, तो उत्थे 12 साल का एक बच्चा ट्रैक्टर के थले आके उहदी डैथ हो गई। बहुत ही ज़्यादा मंदभागी घटना हुई जी। वो जिवें असी भी CCTV कैमरेज की वीडियो जड़ियाँ देखिया तो देखिया नहीं जा रही सी भी जिमें वो माँ बच्चे की है ना करला रही सी है ना आपके बच्चे कलेजे के नाल क्योंकि बच्चे की डिगदे सार ही डैथ हो गई। जो ट्रैक्टर का पिछला टायर उस तो टप गया तो बच्चे की डैथ हो गई है ना। तो काश वर्ड जोड़ा काश शब्द उन्होंने दिमाग कितने ना कि रह गया होना भी काश असी बच्चे नूं ट्रैक्टर तो थले ला लेंदे है ना, उन्हें झिड़क देंदे जां चाबी ना छड़ दे विच। ते चाबी घुमाउण दे नाल ट्रैक्टर चल पिया ते बच्चा जिहड़ा थले उतरन लग्गिया ते टायर दे थले आ गया ते उत्थे ही उहदी डैथ हो गई। देखो लापरवाही किड्डी वड्डी हुंदी आ वी बच्चिआं नूं कदे भी साधनां दे उत्ते नहीं चढ़ाउणा चाहीदा खासकर कल्लिआं नूं, ते किन्नी वड्डी लापरवाही सी वी बच्चे की जान चल गई है ना। ते उहनां वास्ते तां ये दिवाली जिहड़ी आ नेर दी दिवाली हो गई है जी, जिन्हां दे घर दा दीप ही बुझ गया आ दिवाली की उन्होंने तो हर दिवाली जिहड़ी चंगी नहीं लगेगी क्योंकि बहुत ही माड़ी खबर हुई है जी। जिहड़े बच्चे होंदे ना समझ होंदे आ पर वड्डे जिहड़े होंदे उह तां समझदार होंदे आ, ते उन्हां नूं इन्हां चीज़ां का बहुत ध्यान रखना चाहीदा आ। खासकर कोई भी व्हीकल जिहड़ा भी हुंदा बाहर खड़ा होया ना उहदे विच चाबी नहीं छड़नी चाहीदी जिस घर दे छोटे बच्चे होण, तो उन्होंने इस चीज़ों का खासकर ध्यान रखना चाहिए तिखिया चीज़ों का या जो कोई साधन है क्योंकि जिहड़ी जिंदगी है ना बार बार नहीं मिलती गी। तो उस वीडियो में देख के बहुत ही दुख आया जी, बहुत वड्डी घटना आ ये है ना। एक माँ का बच्चा चला गया, एक भैन का भरा चला गया, एक दादे दादी तो पोता खो लिया गया है ना सिर्फ आपकी लापरवाही के कारण। तो सारियां नूं मतलब कि इस चीज़ का बहुत ध्यान रखना चाहिए, जिवें हुण दिवाली भी नेड़े आ रही है बच्चे पटाके वगैरह चलाउंदे सब पेरेंट्स नूं केयर करनी चाहिए आ, नाल रहना चाहिए ते जिथे बच्चे नूं झिड़कना उत्थे झिड़कना भी चाहिए जी। तो बस आही अपना एक छोटा जिहा मैसेज जी, इस दे नाल ही आपां व्लॉग दा एंड कर रहे हैं जी। मिलांगे कल नूं सारयां नूं, सत श्री अकाल जी।